पठानकोट के लमीनी की टीचर कॉलोनी में एक हफ्ता पहले हुई चोरी के मामले में अभी तक पुलिस को कोई कामयाबी हाथ नहीं लगी है। पीड़ित परिवार ने पड़ोसी पर शक जाहिर किया है। परिवार के मुताबिक उक्त पड़ोसी ने उनके घर से करीब 25,000 कैश व सोने व चांदी के गहने उड़ा लिए। उन्होंने इंसाफ की गुहार लगाई है। नाम अजय कुमार जी, मैं टीचर कॉलोनी का रहने वाला जी। इस सोमवार चोरी हुई है जी, तो मैं अपने एक नंबर थाने के कंप्लेन भी की है, तो हल तक कोई रिस्पोंस नहीं मिले जी। मैं नुकसान जी कैश है तो नाल गहने है, तो मैं हाँ जी कैश 20-25 हज़ार रुपये कैश है, तो एक सैट हैगा, तो एक चैनी हैगी, एक तो लॉकेट हैगा, तो नाल चांदी हैगी थोड़ी जी। हाँ जी मौके एस एच ओ साहब आए थे, ਅਸੀਂ ਉਹਨਾਂ ਅੱਗੇ ਅਰਜ ਕੀਤੀ ਸੀਗੀ, ਅਤੇ ਐਚ ਓ ਸਾਹਿਬ ਕਹਿੰਦੇ ਜਿੰਨਾ ਕੁ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ, ਪਰ ਮੈਨੂੰ ਹਫ਼ਤਾ ਹੋ ਗਿਆ। ਹਾਂਜੀ ਮੈਂ ਦੱਸਿਆ ਸੀਗਾ ਉਹਨਾਂ ਨੂੰ ਕਿ ਇਹ ਨਾਮ ਦਾ ਮੁੰਡਾ ਹੈਗਾ ਜਿਹੜਾ ਸਾਡੇ ਨੌਨ ਦੇ ਵਿੱਚ ਰਹਿੰਦਾ ਹੈਗਾ, ਅਤੇ ਅਸੀਂ ਉਹਨਾਂ ਨੂੰ ਦੱਸਿਆ ਸੀ। ਵੈਸੇ ਉਹਨਾਂ ਨੇ ਗੱਲ ਕੀਤੀ ਸੀਗੀ ਉਹਨਾਂ ਨਾਲ, ਪਰ ਕੋਈ ਗੱਲ ਨਹੀਂ ਹੋਈ। ਉਸ ਤੋਂ ਬਾਅਦ ਹਫ਼ਤਾ ਹੋ ਗਿਆ, ਮੈਂ ਚਾਹੁੰਦਾ ਕਿ ਮੇਰਾ ਹੱਲ ਹੋ ਜਾਵੇ ਜੀ। ਮੈਂ ਗਰੀਬ ਬੰਦਾ, ਦੇਖੋ ਮੈਂ ਸਕੂਟਰ ਮੋਟਰਸਾਈਕਲ ਦਾ ਕੰਮ ਕਰਦਾ, ਰੋਜ਼ ਮਿਹਨਤ ਕਰਦਾ ਮੈਂ। ਟੋਟਲ ਮੇਰਾ ਨੁਕਸਾਨ ਕੋਈ 3-4 ਲੱਖ ਦਾ ਹੈਗਾ ਜੀ। ਮੀਕਾ ਸੀ, ਮੀਕਾ ਇਹ ਈਸਾ ਨਗਰ ਦਾ ਰਹਿਣ ਵਾਲਾ, ਪਹਿਲਾਂ ਵੀ ਉੱਤੇ ਹੈਗੀ ਕੰਪਲੇਨ, ਮੈਨੂੰ ਬਾਅਦ 'ਚੋਂ ਪਤਾ ਲੱਗਿਆ। ਹਾਂਜੀ 4 ਕੁ ਮਹੀਨੇ ਤੋਂ ਸਾਡੇ ਨੌਨ 'ਚ ਹੈਗਾ ਸੀਗਾ ਸਰ। ਇਹੀ ਹੋਇਆ ਕਿ ਉਹ ਮੈਂ ਸ਼ੋਪ 'ਤੇ ਚਲੀ ਗਈ ਹਾਂ, ਸ਼ੋਪ ਤੋਂ ਜਿਸ ਤਰ੍ਹਾਂ ਹੀ ਮੈਂ ਸ਼ੋਪ 'ਤੇ ਪਹੁੰਚੀ, ਅੱਗੇ ਉਹ ਸ਼ੋਪ 'ਤੇ ਖੜਾ ਸੀਗਾ, ਮੇਰੇ ਜਾਂਦੇ ਹੀ ਉਹ ਸ਼ੋਪ ਤੋਂ ਮਤਲਬ ਨਿਕਲ ਆਇਆ, ਔਰ ਨਾਲ ਹੀ ਪਿੱਛੋਂ ਮੰਮਾ ਪਾਪਾ ਸੁੱਤੇ ਦੇ ਸੀ, ਉਹ ਆਇਆ ਸਾਡੇ ਘਰ ਅਤੇ ਚੋਰੀ ਕਰਕੇ ਚਲਾ ਗਿਆ। ਸਰ ਹੁਣ ਸਾਨੂੰ ਤਾਂ ਬਹੁਤ ਵੱਡੀ ਮੁਸੀਬਤ ਪੈ ਗਈ ਹੈ ਕਿ ਗਰੀਬ ਬੰਦਾ ਇੰਨਾ ਸੋਨਾ ਕਿੱਥੋਂ ਬਣਾਏਗਾ, ਅਤੇ ਹੁਣ ਇਹੀ ਹੈ ਕਿ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਸਾਡੀ ਹੈਲਪ ਕੀਤੀ ਜਾਏ ਜਿੰਨੀ ਤੋਂ ਜਿੰਨੀ ਹੋ ਸਕਦੀ ਹੈ, ਅਤੇ ਸਾਨੂੰ ਸਾਡਾ ਹਫ਼ਤਾ ਹੋ ਗਿਆ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ। ਪੁਲਿਸ ਸਰ ਇਹੀ ਕਹਿੰਦੀ ਹੈ, ਕਹਿੰਦੇ ਕਿ ਤੁਸੀਂ ਲੋਕੇਸ਼ਨ ਟਰੇਸ ਕਰ ਰਹੇ ਹਾਂ, ਅਤੇ ਲੋਕੇਸ਼ਨ ਟਰੇਸ ਦਾ ਹਜੇ ਤੱਕ ਤਾਂ ਕੋਈ ਹਫ਼ਤਾ ਹੋ ਗਿਆ, ਹਜੇ ਤੱਕ ਤਾਂ ਕੋਈ ਹੱਲ ਨਹੀਂ ਹੋਇਆ ਸਰ। ਉਹੀ 3-4 ਲੱਖ ਦਾ ਨੁਕਸਾਨ ਹੋ ਗਿਆ ਸਰ। ਸਰ ਜਦੋਂ ਨਵੇਂ ਗਹਿਣੇ ਬਣਾਉਣ ਜਾਓ ਤਾਂ ਮਹਿੰਗੇ ਹੀ ਮਿਲਦੇ ਆ, ਕੋਈ ਸਸਤੇ ਤਾਂ ਮਿਲਦੇ ਨਹੀਂ ਆ, ਜਦੋਂ ਉਹਨਾਂ ਨੂੰ ਅਸੀਂ ਸੇਲ ਕਰਨ ਜਾਂਦੇ ਹਾਂ ਅੱਧੇ ਰੇਟ 'ਤੇ ਹੀ ਜਾਂਦੇ ਆ। ਸਰ ਇੱਕ ਮੇਰਾ ਹਾਰ ਸੀਗਾ, ਕੰਨਾਂ ਦੇ ਸੀਗੇ, ਔਰ ਚੇਨ ਸੀਗੀ, ਚੇਨ 'ਚ ਲੋਕਿਟ ਸੀਗੇ, 2 ਜੋੜੇ ਪਾਇਲਾਂ ਦੇ ਸੀਗੇ, ਕੈਸ਼ ਸੀਗਾ ਨਗਦ। ਸਰ ਇਹੀ ਮੰਗ ਕਰ ਰਹੇ ਹਾਂ ਕਿ ਸਾਡਾ ਹੱਲ ਕਰਨ ਜਲਦੀ ਤੋਂ ਜਲਦੀ, ਔਰ ਜਿਹੜਾ ਦੋਸ਼ੀ ਹੈਗਾ ਉਹਨੂੰ ਕਰਨ ਅੰਦਰ, ਅਤੇ ਸਾਡਾ ਸਮਾਨ ਸਾਨੂੰ ਵਾਪਸ ਦਵਾਉਣ। ਸੀਆ ਇੰਟੀਰੀਅਰ ਅਬ ਆਪਕੋ ਪਠਾਨਕੋਟ ਸ਼ਹਿਰ ਮੇ ਲਾਕਰ ਦੇ ਰਹਾ ਹੈ ਆਪਕੇ ਸਪਨੋ ਕੇ ਘਰ ਕੋ ਸਜਾਨੇ ਕਾ ਡੈਕੋਰ ਮਟੀਰੀਅਲ। ਸੀਆ ਇੰਟੀਰੀਅਰ ਯਹਾਂ ਆਪਕੋ ਮਿਲੇਗਾ ਖੂਬਸੂਰਤ ਫਰਨੀਚਰ, ड्रॉइंग एंड लिविंग रूम डेकोरेटिव इंटीरियर और भी बहुत कुछ जो आपके ड्रीम हाउस को बनाएगा सबसे खास, क्योंकि आपका घर खूबसूरत फर्नीचर और इंटीरियर के बिना अधूरा है। सिया इंटीरियर एक ऐसा एक्सक्लूसिव शोरूम जहां सिर्फ घर को ही नहीं सपनों को सजाने की बेहतरीन कलेक्शन मिलती है जो आपके घर को बनाएगा दूसरों से सुंदर और आकर्षक। तो सिया इंटीरियर पर आइए और अपने सपनों को साकार कीजिए। Happy furniture and interiors to you. Ragi Home Decor. Give your home, offices, interior and exterior walls, ceiling, furniture and door panel an elegant look. Expert in UV PVC wall, wallpapers, partition jali. Aapki kalpanik soch ko utare aakar mein aur aakar saware. Ward number 11 near Novelty Mall, Mamoon Road, Pathankot.